ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੁਰਨਾਮ ਭੁੱਲਰ ਉਹ ਸਿੰਗਰ ਹੈ ਜਿਸ ਨੂੰ ਪਹਿਲਾਂ ਵੀ ਮਿਲਣ ਆਏ ਇੱਕ ਫੈਨ ਨੇ ਨਾਰਾਜ਼ ਹੋ ਕੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕਰ ਗੁਰਨਾਮ ਭੁੱਲਰ ਨੂੰ ਕਾਫੀ ਕੁਝ ਬੋਲਿਆ ਸੀ। ਹੁਣ ਇੱਕ ਵਾਰ ਫਿਰ ਅਜਿਹਾ ਹੋਇਆ ਹੈ ਜਦੋਂ ਉਹਨਾਂ ਦੇ ਇੱਕ ਫੈਨ ਵੱਲੋਂ ਉਹਨਾਂ ਨੂੰ ਸਟੇਜ ਤੇ ਗਿਫਟ ਦੇ ਫੋਟੋ ਖਿਚਵਾਉਣੀ ਚਾਹੀ ਤਾਂ ਉਸ ਨੂੰ ਦੂਰ ਕਰ ਦਿੱਤਾ। ਇਸ ਤੋਂ ਬਾਅਦ ਉਸ ਫੈਨ ਵੱਲੋਂ ਸੋਸ਼ਲ ਮੀਡੀਆ ਤੇ ਇਹ ਲੇਖ ਅਪਲੋਡ ਕੀਤਾ, ਵੀਰ ਜੀ ਮੈਂ ਗੁਰਨਾਮ ਭੁੱਲਰ ਦਾ ਬਹੁਤ ਵੱਡਾ ਫੈਨ ਸੀ, ਜਿੱਥੇ ਵੀ ਉਸਦਾ ਸ਼ੋਅ ਹੁੰਦਾ ਸੀ ਮੈਂ ਵੇਖਣ ਜਾਂਦਾ ਸੀ। ਮੈਂ ਸੋਚਦਾ ਸੀ ਕਿ ਜੇਕਰ ਗੁਰਨਾਮ ਭੁੱਲਰ ਦਾ ਸ਼ੋਅ ਤਰਨ ਤਰਨ ਦੇ ਏਰੀਏ ਵਿੱਚ ਹੋਵੇ ਤਾਂ ਮੈਂ ਆਪਣੇ ਵੱਲੋਂ ਉਸਨੂੰ ਗਿਫਟ ਦੇਵਾਂਗਾ, ਪਰ ਬਹੁਤ ਖੁਸ਼ ਹੋਵਾਂਗਾ। ਪਰ ਪ੍ਰਮਾਤਮਾ ਨੇ ਮਿਹਰ ਕੀਤੀ, ਉਸਦਾ ਸ਼ੋਅ ਭਿੱਖੀ ਪਿੰਡ ਵਿੱਚ 15 ਸਤੰਬਰ 2019 ਨੂੰ ਕਰਵਾ ਦਿੱਤਾ, ਪਰ ਮੈਨੂੰ ਬਹੁਤ ਖੁਸ਼ੀ ਹੋਈ। ਮੈਂ 15 ਤਰੀਕ ਉਡੀਕ ਰਿਹਾ ਸਾਂ, ਪਰ ਜਦ 15 ਤਰੀਕ ਆਈ ਮੈਂ ਬਹੁਤ ਖੁਸ਼ ਸੀ, ਅੱਜ ਭੁੱਲਰ ਨੂੰ ਗਿਫਟ ਦੇ ਦੇਵਾਂਗਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਵੇਗਾ। ਪਰ ਉਸਨੇ ਕਿਹਾ ਕਿ ਬਾਈ ਕੰਪਿਊਟਰ ਤੋਂ ਫੋਟੋ ਕਢਵਾਈ ਕਿੱਡੀ ਕੋਈ ਗੱਲ ਏ, ਪਰ ਭੁੱਲਰ ਵੀਰ ਤੂੰ ਚੰਗਾ ਨਹੀਂ ਕੀਤਾ, ਮੇਰੇ ਦੋਸਤ ਮੈਨੂੰ ਮਜ਼ਾਕ ਕਰਦੇ ਆ, ਤੁਹਾਡਾ ਫੈਨ ਰਾਜੂ। ਇਸ ਤੋਂ ਬਾਅਦ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ ਆਪਣੇ ਫੈਨਸ ਨਾਲ ਸਟੇਜ ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਜਿਵੇਂ ਮੈਂ ਆਪ ਸ਼ਬਦ ਬੋਲੇ ਅਤੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਇਹ ਗੱਲ ਪੂਰੀ ਦਿੱਤੀ, ਮੇਰੀ ਕੋਈ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ, ਕੋਈ ਮੈਂ ਕਿਸੇ ਨਾਲ ਬੁਰਾ ਵਰਤਾਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੀ ਸਿਰਫ ਇੰਨੀ ਕੋਸ਼ਿਸ਼ ਸੀ ਕਿ ਸ਼ੋਅ ਜਿਹੜਾ ਰੁਕੇ ਨਾ, ਕਿਉਂਕਿ ਥੱਲੇ ਆਡੀਅੰਸ ਆਲਰੇਡੀ ਗਰਮੀ ਬਹੁਤ ਸੀ, ਸਾਰੇ ਥੱਲੇ ਖੜ੍ਹੇ ਸੀ ਵੇਟ ਕਰਦੇ ਸੀ, ਅਤੇ ਜਦੋਂ ਕੋਈ ਵੀ ਭਰਾ ਉੱਤੇ ਆਉਂਦਾ ਸੀਗਾ ਤਾਂ ਉਦੋਂ ਥੱਲੋਂ ਆਡੀਅੰਸ ਰੌਲਾ ਪਾਉਂਦੀ ਸੀ ਕਿ ਤੁਸੀਂ ਗਾਓ ਅਤੇ ਰੁਕੋ ਨਾ। ਮੇਰਾ ਮਕਸਦ ਸਿਰਫ ਇੰਨਾ ਹੀ ਸੀਗਾ ਕਿ ਸ਼ੋਅ ਨਾ ਰੁਕੇ। ਫਿਰ ਵੀ ਮੈਂ ਫਲੋ 'ਚ ਕੁਛ ਗਲਤ ਬੋਲਿਆ ਤਾਂ ਮੈਂ ਉਹ ਬਾਈ ਤੋਂ ਵੀ ਮਾਫ਼ੀ ਮੰਗਦਾ ਅਤੇ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਇਹ ਗੱਲ ਬੁਰੀ ਲੱਗੀ ਹੈ ਅਤੇ ਉਹਨਾਂ ਤੋਂ ਵੀ ਮਾਫ਼ੀ ਮੰਗਦਾ। ਇਸ ਮਾਮਲੇ ਵਿੱਚ ਕਮੈਂਟ ਕਰ ਤੁਸੀਂ ਆਪਣੀ ਰਾਏ ਦੇਣਾ ਨਾ ਭੁੱਲਣਾ ਕਿ ਸਿੰਗਰਾਂ ਦਾ ਅਜਿਹਾ ਵਰਤਾਓ ਕਰਨਾ ਠੀਕ ਹੈ ਜਾਂ ਨਹੀਂ, ਅਤੇ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਨਖਰੇ ਵਿਖਾ ਕੇ ਜੱਟ ਤੰਗ ਨਾ ਕਰੀ।